ਤੁਹਾਡੇ ਸਾਰਿਆਂ ਵਾਸਤੇ ਅੱਜ ਆਪਾਂ ਇਹ ਖਾਸ ਵੀਡੀਓ ਲੈ ਕੇ ਪਹੁੰਚੇ ਹਾਂ ਜੀ। ਖਾਸ ਇਸ ਕਰਕੇ ਹੈ ਕਿਉਂਕਿ ਇੰਨੇ ਰੇਟ ਦੇ ਵਿੱਚ ਅਜਿਹੀ ਕੋਠੀ ਮਿਲਣਾ ਬਹੁਤ ਮੁਸ਼ਕਿਲ ਹੈ। 10 ਮਰਲੇ ਜਗ੍ਹਾ, ਰਜਿਸਟਰੀ ਵਾਲੀ ਜਗ੍ਹਾ, ਜਮਾਂ ਨਵੀਂ ਕੋਠੀ ਬਣੀ ਹੋਈ ਹੈ। ਰੇਟ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ। ਅਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ। ਜੇ ਕਿਸੇ ਨੇ ਐਡ ਕਰਵਾਉਣੀ ਹੈ, ਕਿਸੇ ਕੋਲ ਕਿਸੇ ਵੀ ਏਰੀਏ 'ਚ ਕੋਠੀ ਹੈ, ਘਰ ਹੈ, ਮਕਾਨ ਹੈ, ਤੁਸੀਂ ਵੇਚਣਾ ਚਾਹੁੰਦੇ ਹੋ, ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ। ਨੰਬਰ ਆਪਣਾ 73-800-26-173। ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ, 10-12 ਫੋਟੋਆਂ ਭੇਜੂ, ਜਮ੍ਹਾਂ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ। ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ, ਨਾ ਕੋਈ ਹੈਲੋ ਕਰਕੇ ਮੈਸੇਜ ਕਰਨ ਦੀ ਲੋੜ ਹੈ। ਬਸ ਡਾਇਰੈਕਟ ਸਿੱਧੀ ਵੀਡੀਓ ਬਣਾਓ ਅਤੇ ਆਪਣੇ ਕੋਲ ਭੇਜੋ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਕੋਠੀ ਜਿਹੜੀ ਬਣੀ ਹੋਈ ਹੈ ਲਿੰਕ ਰੋਡ ਦੇ ਜਮ੍ਹਾਂ ਫਰੰਟ ਦੇ ਉੱਪਰ ਬਣੀ ਹੋਈ ਹੈ ਅਤੇ ਕੋਠੀ ਦਾ ਫਰੰਟ ਤੁਸੀਂ ਦੇਖੋ, ਇਹਨਾਂ ਨੇ ਬਹੁਤ ਰੀਝਾਂ ਨਾਲ ਕੋਠੀ ਹੈ ਜਿਹੜੀ ਆਪਦੀ ਬਣਵਾਈ ਹੋਈ ਹੈ ਅਤੇ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ, ਉਹਨਾਂ ਨੇ ਇਕੱਲੀ ਇਕੱਲੀ ਗੱਲ ਆਪਾਂ ਨੂੰ ਦੱਸੀ ਅਤੇ ਤੁਹਾਨੂੰ ਸਾਰਾ ਕੁਛ ਮੈਂ ਦੱਸਦਾ। ਮੇਨ ਗੇਟ ਤੋਂ ਐਂਟਰ ਕਰਕੇ ਆਪਾਂ ਅੰਦਰ ਚੱਲਦੇ ਹਾਂ। ਪਹਿਲਾਂ ਤਾਂ ਤੁਸੀਂ ਵਿਹੜਾ ਜਿਹੜਾ ਬਣਿਆ ਹੋਇਆ ਉਹ ਦੇਖੋ ਜੀ, ਸਾਰਾ ਪੱਕਾ ਗਾ, ਪੂਰਾ ਖੁੱਲ੍ਹਾ ਡੁੱਲਾ ਆਪਾਂ ਨੂੰ ਵਿਹੜਾ ਮਿਲ ਜੂਗਾ ਅਤੇ ਅੰਦਰੋਂ ਜਾ ਕੇ ਫਰੰਟ ਤੋਂ ਕੋਠੀ ਇਹੋ ਜਿਹੀ ਦਿਖਦੀ ਹੈ ਅਤੇ ਇਹਨਾਂ ਨੇ ਵੀਡੀਓ ਬਹੁਤ ਜ਼ਿਆਦਾ ਅਰੀਝਾਂ ਨਾਲ ਬਣਾਈ ਹੋਈ ਹੈ, ਬਹੁਤ ਸੋਹਣੀ ਇਹਨਾਂ ਨੇ ਵੀਡੀਓ ਆਪਣੇ ਕੋਲ ਬਣਾ ਕੇ ਭੇਜੀ ਹੈ। ਬਾਕੀ ਅੰਦਰ ਆਪਾਂ ਐਂਟਰ ਕਰ ਗਈ, ਜਦੋਂ ਲੋਬੀ 'ਚ ਐਂਟਰ ਕਰਦੇ ਹਾਂ ਪਹਿਲਾਂ ਤਾਂ ਆਪਾਂ ਨੂੰ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ, ਕੋਈ ਛੋਟਾ ਨਹੀਂ ਹੈਗਾ, ਬਹੁਤ ਖੁੱਲ੍ਹਾ ਡੁੱਲਾ ਇਹਨਾਂ ਨੇ ਡਰਾਇੰਗ ਰੂਮ ਬਣਾ ਰੱਖਿਆ ਅਤੇ ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗੇ ਤਾਂ ਆਪਾਂ ਨੂੰ ਪੂਰਾ ਵੱਡਾ ਓਪਨ ਇੱਕ ਕਿਚਨ ਦੇਖਣ ਨੂੰ ਮਿਲੂਗਾ, ਕਿਚਨ ਤੁਸੀਂ ਆਪ ਹੀ ਦੇਖ ਲਓ। ਬਾਕੀ ਕੋਠੀ ਹੈ ਜਿਹੜੀ ਬਹੁਤ ਅਰੀਝਾਂ ਨਾਲ ਬਣਾਈ ਹੋਈ ਹੈ, ਸ਼ੌਂਕ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਹੈ। ਲੋਬੀ ਜਿਹੜੀ ਆਪਾਂ ਨੂੰ ਮਿਲੂਗੀ ਕੋਠੀ ਦੀ ਪੂਰੀ ਖੁੱਲ੍ਹੀ ਡੁੱਲੀ ਮਿਲੂਗੀ। ਕੋਠੀ 'ਚ ਆਪਾਂ ਨੂੰ 2 ਬੈੱਡਰੂਮ ਸੈੱਟ ਮਿਲ ਜਾਣਗੇ। ਪਹਿਲੇ ਦੇ ਵਿੱਚ ਆਪਾਂ ਪਹੁੰਚ ਗਏ, ਤੁਸੀਂ ਦੇਖ ਲਓ ਬਹੁਤ ਖੁੱਲ੍ਹੇ ਡੁੱਲੇ ਮਿਲ ਜਾਣਗੇ ਅਤੇ ਇਹਦੇ ਵਿੱਚ ਬੈਕ ਸਾਈਡ ਆਪਾਂ ਨੂੰ ਓਪਨ ਜਗ੍ਹਾ ਮਿਲ ਜੂਗੀ, ਇੱਕ ਪਾਸੇ ਬਾਥਰੂਮ ਹੈ, ਵਾਸ਼ ਪੇਸ਼ਨ ਲੱਗਿਆ ਹੋਇਆ ਅਤੇ ਸਾਹਮਣੇ ਆਪਾਂ ਨੂੰ ਇੱਕ ਸਟੋਰ ਰੂਮ ਮਿਲ ਚੁੱਕਾ ਜੀ। ਤੁਸੀਂ ਆਪ ਹੀ ਦੇਖ ਲਓ ਨਿੱਕਾ ਜਿਹਾ ਸਟੋਰ ਇਹਨਾਂ ਨੇ ਅੰਦਰ ਹੀ ਬਣਾਇਆ ਹੋਇਆ ਅਤੇ ਜਿਹੜੀ ਇਹ ਕੋਠੀ ਆਪਾਂ ਲੈ ਕੇ ਤੁਹਾਡੇ ਵਾਸਤੇ ਪਹੁੰਚੇ ਹਾਂ, ਸਾਰੀ ਕੋਠੀ ਹੈ ਜਿਹੜੀ ਇਹ ਨਕਸ਼ੇ 'ਤੇ ਤਿਆਰ ਕਰਵਾਈ ਹੋਈ ਹੈ, ਨਕਸ਼ੇ 'ਤੇ ਸਾਰੀ ਕੋਠੀ ਇਹ ਬਣੀ ਹੋਈ ਹੈ। ਬਾਕੀ ਤੁਸੀਂ ਕੰਮ ਦੇਖ ਲਓ, ਸਾਰਾ ਵਧੀਆ ਇਹਨਾਂ ਨੇ ਕਰਵਾ ਰੱਖਿਆ ਜਿੰਨਾ ਵੀ ਕਰਵਾਇਆ ਹੋਇਆ। ਬਾਥਰੂਮ ਰੇਡੀ ਇਹਨਾਂ ਨੇ ਕਰਵਾਏ ਹੋਏ ਨੇ ਅਤੇ ਆ ਗਿਆ ਜੀ ਸੈਕਿੰਡ ਵਾਲਾ ਬੈੱਡਰੂਮ, ਇਹਦੇ ਵਿੱਚ ਏਸੀ ਵੀ ਲੱਗਿਆ ਹੋਇਆ, ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ ਅਤੇ ਲੋਬੀ ਏਰੀਆ ਬਹੁਤ ਖੁੱਲ੍ਹਾ ਡੁੱਲਾ ਮਿਲ ਜੂਗਾ ਜੀ। ਅਤੇ ਮਾਲਕ ਨੇ ਦੱਸਿਆ ਵੀ ਜਿਹੜੀ ਇਹ ਕੋਠੀ ਹੈ ਇਹ ਕੋਈ ਠੇਕੇ 'ਤੇ ਨਹੀਂ ਬਣਵਾਈ ਹੋਈ, ਮਾਲਕ ਕਹਿੰਦੇ ਨੇ ਅਸੀਂ ਆਪ ਜਿੰਨਾ ਸਮਾਨ ਲੱਗਿਆ ਆਪ ਨੇ ਲਿਆ ਕੇ ਦਿੱਤਾ ਅਤੇ ਮਿਸਤਰੀ ਤੋਂ ਆਪ ਨੇ ਬਣਵਾਈ ਹੋਈ ਹੈ। ਕਈ ਵਾਰੀ ਹੁੰਦੀ ਹੈ ਜੀ ਆਪਾਂ ਠੇਕੇ 'ਤੇ ਦੇ ਦਿੰਦੇ ਹਾਂ ਅਤੇ ਇਹਨਾਂ ਨੇ ਠੇਕੇ 'ਤੇ ਤਿਆਰ ਨਹੀਂ ਕਰਵਾਈ, ਆਪਦੇ ਹੱਥੀ ਸਾਰੀ ਕੋਠੀ ਹੈ ਜਿਹੜੀ ਇਹ ਬਣਵਾਈ ਹੋਈ ਹੈ, ਬਹੁਤ ਰੀਝਾਂ ਨਾਲ ਕੋਠੀ ਹੈ ਜਿਹੜੀ ਤਿਆਰ ਕਰਵਾਈ ਹੋਈ ਹੈ। ਬਾਕੀ ਜੋੜੀਆਂ ਪੱਲੇ ਸਾਰੇ ਇਹਨਾਂ ਨੇ ਲਗਵਾ ਰੱਖੇ ਹੈ ਅਤੇ ਮਾੜਾ ਮੋਟਾ ਜਿਹਾ ਕੰਮ ਰਹਿੰਦਾ ਗਾ ਜਿਵੇਂ ਕਿ ਫਰਨੀਚਰ ਦਾ ਕੰਮ ਹੋ ਗਿਆ ਉਹ ਇਹਨਾਂ ਨੇ ਨਹੀਂ ਕਰਵਾਇਆ ਹੋਇਆ। ਬਾਕੀ ਪਲਸਤਰ ਸਾਰੀ ਹੋਈ ਹੈ, ਨਵੀਂ ਕੋਠੀ ਹੈ, ਹਾਲੇ ਇਹਨਾਂ ਨੇ ਰੰਗ ਨਹੀਂ ਕਰਵਾਇਆ ਅਤੇ ਬਿਨਾਂ ਰੰਗ ਤੋਂ ਹੀ ਕੋਠੀ ਹੈ ਜਿਹੜੀ ਪੂਰੀ ਫਬਦੀ ਹੈ ਅਤੇ ਪੂਰੀ ਸੋਹਣੀ ਲੱਗ ਰਹੀ ਹੈ ਅਤੇ ਰੰਗ ਦੀ ਇਹਨੂੰ ਹਾਲੇ ਲੋੜ ਵੀ ਹੈ ਨਹੀਂ, ਕੁਝ ਕੁ ਸਾਲਾਂ ਬਾਅਦ ਰੰਗ ਆਪਾਂ ਕਰਵਾ ਸਕਦੇ ਹਾਂ। ਫਿਲਹਾਲ ਕੋਠੀ ਹੈ ਜਿਹੜੀ ਬਹੁਤ ਸੋਹਣੀ ਲੱਗ ਰਹੀ ਹੈ ਬਿਨਾਂ ਰੰਗ ਤੋਂ ਵੀ।
ਬਾਕੀ ਕੋਠੀ ਦੇ ਵਿੱਚ ਤੁਸੀਂ ਸਾਰਾ ਕੁਛ ਦੇਖ ਹੀ ਲਿਆ ਕਿ ਕੁਛ ਬਣਿਆ ਹੋਇਆ। ਬਾਕੀ ਲਾਈਟਿੰਗ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਅਤੇ ਫਰੰਟ ਡਿਜ਼ਾਇਨ ਬਹੁਤ ਵਧੀਆ, ਬਹੁਤ ਸੋਹਣਾ ਹੈਗਾ, ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ, ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ। ਬਾਕੀ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਸਕਰੀਨ 'ਤੇ ਦੋ ਤਿੰਨ ਵਾਰੀ ਲਿਖ ਕੇ ਆਪਾਂ ਲਾਤਾ ਸੀਗਾ ਰੇਟ। ਸਿਰਫ ਇਹਨਾਂ ਨੇ ਡਿਮਾਂਡ ਜਿਹੜੀ ਕੀਤੀ ਹੈ 27 ਲੱਖ ਰੁਪਈਆ ਕੀਤੀ ਹੈ। ਮਾਲਕ ਕਹਿੰਦੇ ਨੇ ਵੀ 27 ਲੱਖ ਰੁਪਈਆ ਇੱਕ ਵਾਰੀ ਡਿਮਾਂਡ ਹੈ, ਕੋਈ ਫਿਕਸ ਰੇਟ ਨਹੀਂ ਹੈਗਾ। ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਵੀ ਕਰ ਲਾਂਗੇ ਅਤੇ ਉੱਪਰ ਨੀਚੇ ਮਾੜਾ ਮੋਟਾ ਹੋ ਜੂਗਾ। ਬਾਕੀ 27 ਲੱਖ ਦੇ ਵਿੱਚ 10 ਮਾਰਲੇ ਜਗ੍ਹਾ ਲਿੰਕ ਰੋਡ 'ਤੇ ਅਤੇ ਇੰਨੀ ਸੋਹਣੀ ਨਵੀਂ ਕੋਠੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਜੀ। ਬਾਕੀ ਤੁਸੀਂ ਆਪ ਹੀ ਦੇਖ ਲਓ, ਤੁਹਾਨੂੰ ਸਾਰਿਆਂ ਨੂੰ ਸਾਰਾ ਕੁਛ ਪਤਾ ਲੱਗ ਗਿਆ ਹੋਊਗਾ, ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਸਾਰਾ ਕੁਛ। ਬਾਕੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜਾ ਖਾਸ ਪਿੰਡ ਲੱਗਦਾ ਉਹ ਹੈ ਜੀ ਦਿਆਲਪੁਰਾ। ਅਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਕੋਠੀ। ਅਤੇ ਜਿਹੜੀ ਕੋਠੀ ਦੀ ਕੁਰੈਕਟ ਲੋਕੇਸ਼ਨ ਹੈ ਉਹ ਤਾਂ ਤੁਹਾਨੂੰ ਮੈਂ ਦੱਸਤੀ, ਨੀਅਰ ਇਹਨਾਂ ਨੂੰ ਭਗਤਾ ਭਾਈਕਾ ਲੱਗਦਾ ਜੀ। ਭਗਤਾ ਇਹਨਾਂ ਤੋਂ 9 ਕਿਲੋਮੀਟਰ ਰਹਿ ਜਾਂਦਾ ਜੀ ਅਤੇ ਭਦੌੜ ਵੀ 9 ਕਿਲੋਮੀਟਰ ਰਹਿ ਜਾਂਦਾ। ਭਗਤਾ ਅਤੇ ਭਦੌੜ ਦੇ ਵਿਚਾਲੇ ਇਹ ਕੋਠੀ ਬਣੀ ਹੋਈ ਹੈ। ਅਤੇ ਜਿਹੜਾ NH 754 ਜਿਹੜਾ ਹਾਈਵੇ ਹੈ ਉਹ ਤੋਂ 500 ਕੁ ਮੀਟਰ ਦੂਰੀ 'ਤੇ ਕੋਠੀ ਬਣੀ ਹੋਈ ਹੈ। 500 ਮੀਟਰ ਦੂਰੀ 'ਤੇ NH 754 ਰਹਿ ਜਾਂਦਾ ਅਤੇ ਬੇਕਾਟਮੀ ਇਹਨਾਂ ਦੀ ਇਹ ਕੋਠੀ ਹੈ ਜੀ। ਬਾਕੀ ਤੁਹਾਨੂੰ ਸਾਰਾ ਕੁਛ ਪਤਾ ਲੱਗ ਹੀ ਗਿਆ, 2 ਬੈਡਰੂਮ ਸੈੱਟ ਆਪਾਂ ਨੂੰ ਮਿਲ ਜਾਣਗੀ। ਅਤੇ ਜਿਹੜੇ 2 ਆਪਾਂ ਬੈਡਰੂਮਸ ਦੇਖੇ ਸੀਗੇ, ਜਿਹੜੇ ਬੈਡਰੂਮ ਸੀਗੇ ਉਹਨਾਂ ਨਾਲ ਦੋਨਾਂ ਨਾਲ ਅਟੈਚ ਬਾਥਰੂਮ ਆਪਾਂ ਨੂੰ ਮਿਲੂਗਾ ਅਤੇ ਉੱਪਰ ਇੱਕ ਆਪਾਂ ਨੂੰ ਚੁਬਾਰਾ ਮਿਲ ਜੂਗਾ। ਜਿਵੇਂ ਕਿ ਤੁਸੀਂ ਦੇਖਿਆ ਜਿਹੜਾ ਪੌੜੀਆਂ ਵਾਲਾ ਸੀਗਾ ਉਹਨੂੰ ਥੋੜ੍ਹਾ ਜਿਹਾ ਵੱਡਾ ਕੀਤਾ ਹੋਇਆ ਅਤੇ ਉਹ ਵੀ ਪੂਰਾ ਵੱਡਾ ਖੁੱਲ੍ਹਾ ਡੁੱਲਾ ਇਹਨਾਂ ਨੇ ਬਣਾ ਰੱਖਿਆ, ਇੱਕ ਬੈਡਰੂਮ ਦੀ ਤਰ੍ਹਾਂ ਹੀ ਆ ਉਹ ਵੀ। ਅਤੇ ਸਾਰਾ ਕੁਛ ਦੇਖ ਲਿਆ ਤੁਸੀਂ, ਠੀਕ ਆ ਜੀ। ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮੈਂ ਉਮੀਦ ਕਰਦਾ। ਬਾਕੀ ਬਾਹਰ ਆਪਾਂ ਨੂੰ ਇੱਕ ਸ਼ੋਪ ਵੀ ਮਿਲ ਜੂਗੀ ਅਤੇ ਸ਼ੋਪ ਵੀ ਪੂਰੀ ਵਧੀਆ ਬਣੀ ਹੋਈ ਹੈ। ਜੇ ਆਪਾਂ ਆਪਣੇ ਕੋਈ ਦੁਕਾਨ ਕਰਨੀ ਹੈ, ਸ਼ੋਪ ਕਰਨੀ ਹੈ, ਉਹ ਵੀ ਵਧੀਆ ਹੈ। ਜੇ ਕਿਸੇ ਨੇ ਰੈਂਟ 'ਤੇ ਆਪਾਂ ਦੇਣੀ ਹੋਵੇ ਤਾਂ ਉਹ ਵੀ ਠੀਕ ਹੈ ਜੀ, ਉਹਦਾ ਵੀ ਵਧੀਆ ਰੈਂਟ ਆਈ ਜਾਊਗਾ। ਬਾਕੀ ਉਹ ਆਪਣੀ ਇੱਛਾ ਜੀ, ਉਹ ਬਾਅਦ ਦੀਆਂ ਗੱਲਾਂ। ਆਪਾਂ ਕੀ ਕਰਨਾ, ਉਹਨੂੰ ਵੀ ਇੱਕ ਬੈਡਰੂਮ ਦੀ ਤਰ੍ਹਾਂ ਬਣਾਉਣਾ ਜਾਂ ਸ਼ੋਪ ਬਣਾਉਣੀ ਹੈ, ਉਹ ਆਪਣੀ ਇੱਛਾ ਜੀ। ਅਤੇ ਕੋਠੀ ਹੈ ਜਿਹੜੀ ਪੂਰੀ ਵਧੀਆ ਬਣੀ ਹੋਈ ਹੈ, ਨਵੀਂ ਕੋਠੀ ਹੈ, ਇਹਨਾਂ ਨੇ ਸੇਲ ਕਰਨੀ ਹੈ ਜੀ। ਅਤੇ ਕਿਸੇ ਨੂੰ ਪਸੰਦ ਆਈ ਹੈ, ਦਿਆਲਪੁਰਾ ਇਹਨਾਂ ਦਾ ਪਿੰਡ ਹੈ, ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ। ਮਾਲਕ ਦਾ ਨੰਬਰ ਤੁਹਾਨੂੰ ਸਕਰੀਨ 'ਤੇ ਪਿੱਛੇ ਮਿਲ ਗਿਆ ਹੋਊਗਾ, ਨੰਬਰ ਸਕਰੀਨ 'ਤੇ ਵੀ ਮੈਂ ਦੇ ਰੱਖਿਆ ਸੀਗਾ, ਕਈ ਵਾਰੀ 2-3 ਵਾਰੀ ਆ ਜਾਂਦਾ। ਨੰਬਰ 98 721 15 916। ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ, 98 721 15 916 ਆਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਕੋਠੀ ਹੈ। ਅਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਤਾਂ ਮਾਲਕ ਨਾਲ ਪੂਰੀ ਗੱਲ ਕਰ ਲਿਓ, ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ, ਕਿਉਂਕਿ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾ ਜੀ। ਅਤੇ ਰਜਿਸਟਰੀ ਵਾਲੀ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਅਤੇ 10 ਮਰਲੇ ਜਗ੍ਹਾ ਅੱਧੀ ਕਨਾਲ। ਅਤੇ ਕੋਠੀ ਤੁਸੀਂ ਸਾਰੀ ਦੇਖ ਲਈ ਅਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਵੀ ਪਸੰਦ ਆਈ ਹੋਊਗੀ ਅੱਜ ਦੀ ਅਤੇ ਤੁਹਾਨੂੰ ਕੋਠੀ ਵੀ ਵਧੀਆ ਲੱਗੀ ਹੋਊਗੀ।
ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ, ਪਸੰਦ ਆਈ ਹੈ, ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਲਾਈਕ ਸਾਰੇ ਲਾਜ਼ਮੀ ਕਰ ਦਿਓ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ, ਕਿਸੇ ਵੀ ਏਰੀਆ 'ਚ ਦੇਖ ਰਹੇ ਹੋ, ਵਧੀਆ ਲੱਗੀ ਤਾਂ ਲਾਈਕ ਕਰ ਦਿਓ। ਤਾਂ ਪਹਿਲੀ ਵਾਰ ਚੈਨਲ 'ਤੇ ਪਹੁੰਚਿਓ ਅਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ, ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ, ਕੋਠੀ ਘਰ ਮਕਾਨ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਨੀਚੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਮਿਲੂਗਾ, ਉਹਨੂੰ ਲਾਜ਼ਮੀ ਦੱਬ ਦਿਓ। ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ, ਤੁਹਾਡੇ ਕੋਲ ਵੀ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ, ਨੰਬਰ ਆਪਣਾ ਉੱਪਰ ਵਟਸਐਪ ਲਿਖਿਆ ਰਹਿੰਦਾ 7380026173। ਪੂਰੀ ਵੀਡੀਓ 'ਚ ਵਾਰ ਵਾਰ ਚੱਲਦਾ ਰਹਿੰਦਾ, ਆਪਾਂ ਨੂੰ ਕੋਈ ਹੈਲੋ ਲੈ ਕੇ ਭੇਜਣ ਦੀ ਲੋੜ ਨਹੀਂ, ਨਾ ਕੋਈ ਆਪਾਂ ਨੂੰ ਪੁੱਛਣ ਦੀ ਲੋੜ ਹੈ ਵੀ ਅਸੀਂ ਐਡ ਕਰਵਾਉਣੀ ਹੈ। ਤੁਸੀਂ ਵੀਡੀਓ ਬਣਾਓ, ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਹੈ, ਆਪਣੇ ਵਟਸਐਪ ਨੰਬਰ 'ਤੇ ਭੇਜੋ, ਐਡ ਆਪਾਂ ਛੇਤੀ ਤੋਂ ਛੇਤੀ ਲਗਾ ਦੇਵਾਂਗੇ। ਅਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਏ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ, ਕਰੋ ਕਮੈਂਟ, ਲੈ ਕੇ ਆਪਾਂ ਪਹੁੰਚ ਜਾਵਾਂਗੇ। ਬਾਕੀ ਕਮੈਂਟ ਲਾਜ਼ਮੀ ਕਰਿਓ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਵਧੀਆ ਲੱਗੀ ਹੈ, ਪਸੰਦ ਆਈ ਹੈ, ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਲਾਜ਼ਮੀ ਦੱਸੋ। ਅਤੇ ਹਰ ਰੋਜ਼ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਹੋਮ ਸੇਲ ਮਾਰਕੀਟ ਚੈਨਲ।